ਅੱਜ ਅਸੀਂ ਸਮੁੱਚੀ ਕੌਮ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਦੀ ਬਰਸੀ ਦੇ ਸੰਬੰਧ ਵਿੱਚ ਪੂਰੀ ਮਨੁੱਖਤਾ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਾਂ। ਇਸ ਸਮਾਗਮ ਦੇ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਸਹਿਬਾਨ, ਵੱਖ ਵੱਖ ਸੰਪਰਦਾਵਾਂ ਦੇ ਸੰਤ ਸਹਿਬਾਨ, ਪਿੰਡਾਂ ਤੋਂ ਆਏ ਪੰਚ ਸਰਪੰਚ ਸਹਿਬਾਨ, ਮੇਰੀਆਂ ਸਤਿਕਾਰਯੋਗ ਮਾਤਾਵਾਂ ਤੇ ਮੇਰੀਆਂ ਸਤਿਕਾਰਯੋਗ ਭੈਣਾਂ, ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਬਖਸ਼ਿਆ ਹੋਇਆ ਨਾਰਾ ਬੁਲੰਦ ਕਰੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਉਸ ਕੌਮ ਦੇ ਮਹਾਨ ਯੋਧੇ ਦੀ ਬਰਸੀ ਤੇ ਇਕੱਠੇ ਹੋਏ ਹਾਂ ਜਿਨ੍ਹਾਂ ਨੇ 20ਵੀਂ ਸਦੀ ਦੇ ਮਹਾਨ ਜਰਨੈਲ ਕਹਿਣੀ ਤੇ ਕਰਨੀ ਦੇ ਪੂਰੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਕਸ਼ੇ ਕਦਮ ਤੇ ਚੱਲ ਕੇ ਉਹਨਾਂ ਵੱਲੋਂ ਵੱਡੇ ਸੰਘਰਸ਼ ਦੇ ਵਿੱਚ ਆਪਣਾ ਇੱਕ ਪੈਰ ਧਰ ਕੇ ਇਸ ਕੌਮ ਦੀ ਲੜਾਈ ਦੇ ਵਿੱਚ ਹਿੱਸਾ ਪਾਇਆ। ਗੁਰੂ ਸਾਹਿਬ ਸਾਡੇ ਵਿਚਕਾਰ ਬੈਠੇ ਨੇ, ਇਹ ਸੱਚੇ ਗੁਰੂ ਨੇ, ਪੂਰੀ ਮਨੁੱਖਤਾ ਦੇ ਗੁਰੂ ਨੇ। ਗੁਰੂ ਸਾਹਿਬ ਸਾਨੂੰ ਦੱਸਦੇ ਨੇ, ਮਾਨਸ ਕੀ ਜਾਤ ਸਭ ਹੈ ਇੱਕ ਪਹਿਚਾਨਬੋ। ਗੁਰੂ ਸਾਹਿਬ ਸਾਨੂੰ ਦੱਸਦੇ ਨੇ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤਾ ਕਿਛ ਖਾਏ। ਗੁਰੂ ਸਾਹਿਬ ਸਾਨੂੰ ਦੱਸਦੇ ਨੇ, ਮਰਨ ਮਨਸਾ ਸੂਰਿਆ ਹੱਕ ਹੈ ਜੇ ਮਰਨ ਹੋਏ ਪ੍ਰਵਾਨੋ। ਗੁਰੂ ਸਾਹਿਬ ਤੁਹਾਨੂੰ ਦੱਸਦੇ ਨੇ ਕਿ ਕਿਰਸਾਨੀ ਕਿਰਸਾਨ ਕਰੇ ਲੋਚਾ ਜੀ ਉਹ ਹੈ ਲਾਏ ਹਲ ਜੋਤਾ ਉੱਦਮ ਕਰੇ ਮੇਰਾ ਪੁੱਤ ਤੀਖਾਏ। ਫਿਰ ਇਸ ਯੋਧੇ ਨੇ ਉਸ ਗੁਰੂ ਗ੍ਰੰਥ ਸਾਹਿਬ ਦੇ ਆਸ਼ੇ ਦੇ ਮੁਤਾਬਕ ਆਪਣੇ ਸੰਘਰਸ਼ ਨੂੰ ਤੋਰਦਿਆਂ ਹੋਇਆ ਫਿਰ ਇਸ ਗੱਲ ਨੂੰ ਕਬੂਲਿਆ ਨਹੀਂ। ਕਹਿੰਦਾ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤਾ ਕਿਛ ਖਾਏ। ਫਿਰ ਅਣਖ ਤੇ ਗੈਰਤ ਨੂੰ ਵੰਗਾਰ ਕੇ ਇਹਨਾਂ ਨੇ ਆਪਣੀ ਕੌਮ ਦੀ ਲੜਾਈ ਲੜੀ ਹੈ। ਅੱਜ ਇਹ ਢਾਡੀ ਵੀਰਾਂ ਨੇ ਵੀ ਵਿਚਾਰ ਰੱਖੇ ਨੇ, ਉਹਨਾਂ ਨੇ ਬੜੀ ਸੋਹਣੀ ਗੱਲ ਦੱਸੀ ਹੈ। ਉਹਨਾਂ ਨੇ ਇਸ ਕੌਮ ਦੇ ਯੋਧਿਆਂ ਦੇ ਸੋਲੇ ਗਏ ਨੇ, ਉਹਨਾਂ ਦੀ ਮਾਰਗਦਰਸ਼ਨ ਦੱਸਿਆ ਤੇ ਫਿਰ ਅੱਜ ਆਪਾਂ ਇਕੱਠੇ ਹੋਏ ਹਾਂ। ਬਰਸੀਆਂ ਤਾਂ ਹੁੰਦੀਆਂ ਰਹਿਣੀਆਂ, ਇਹ ਉਹਨਾਂ ਦਾ ਮਕਸਦ ਕੀ ਸੀ, ਇਹ ਸ਼ਹੀਦੀ ਹੋਈ ਕਿਉਂ ਹੈ। ਫਿਰ ਆਪਾਂ ਗੁਣ ਵੀ ਗਾਇਨ ਕਰ ਸਕਦੇ ਹਾਂ, ਆਪਾਂ ਵਿਚਾਰਾਂ ਵੀ ਕਰ ਸਕਦੇ ਹਾਂ, ਫਿਰ ਸ਼ਹੀਦੀ ਹੋਈ ਕਿਸ ਲਈ ਹੈ, ਇਹ ਸ਼ਹੀਦੀ ਦਾ ਮਕਸਦ ਕੀ ਸੀ। ਕੀ ਭਾਈ ਗੁਰਜੰਟ ਸਿੰਘ ਦਾ ਰੌਲਾ ਵੱਟਦਾ ਸੀ ਕਿ ਬੰਨੇ ਦਾ ਸੀ, ਕਿ ਰੇਤ ਦੇ ਖੱਡੇ ਦਾ ਰੌਲਾ ਸੀ, ਕਿ ਕਿਸੇ ਟਰਾਂਸਪੋਰਟ ਦਾ ਰੌਲਾ ਸੀ, ਉਹ ਕਿਸੇ MLA ਦਾ ਰੌਲਾ ਸੀ, ਕਿ ਕਿਸੇ MP ਦੀ ਸੀਟ ਦਾ ਰੌਲਾ ਸੀ। ਰੌਲਾ ਕੀ ਸੀ? ਰੌਲਾ ਅਣਖ ਤੇ ਗੈਰਤ ਦਾ ਸੀ। ਜਿਹੜੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਹੜੇ 20ਵੀਂ ਸਦੀ ਦੇ ਮਹਾਨ ਜਰਨੈਲ ਨੇ, ਉਹਨਾਂ ਨੇ ਕਿਹੜੀ ਲੜਾਈ ਲੜੀ ਸੀ ਜਦੋਂ ਸਿੱਖ ਕੌਮ ਦੇ ਨਾਲ ਬਨਸੇ ਬੇਇਨਸਾਫੀ ਹੋਈ? ਗੱਲ ਲੰਬੀ ਹੈ। ਬੇਇਨਸਾਫੀ ਹੋਈ ਜਦੋਂ ਹਿੰਦੁਸਤਾਨ ਦੇ ਹਾਕਮਾਂ ਨੇ ਸਿੱਖ ਕੌਮ ਦੇ ਨਾਲ ਧਰੋਹ ਕੀਤਾ ਤੇ ਕਿਹਾ ਸੀ ਕਿ ਤੁਹਾਨੂੰ ਜਦੋਂ ਆਜ਼ਾਦ ਹੋ ਗਏ ਉੱਤਰੀ ਭਾਰਤ ਦੇ ਵਿੱਚ ਇੱਕ ਆਜ਼ਾਦ ਖਿੱਤਾ ਦਿੱਤਾ ਜਾਏਗਾ। ਉਹਦੇ ਜੇ ਵਿੱਚ ਡਾਕ ਵਿਭਾਗ ਤੇ ਰੇਲ ਵਿਭਾਗ ਤੇ ਫੌਜ ਤੇ ਕਰੰਸੀ ਇਹਨਾਂ ਦੇ ਤਹਿਤ ਹੋਊਗੀ, ਬਾਕੀ ਸਿੱਖਾਂ ਨੂੰ ਖੁਦ ਮੁਖਤਿਆਰੀ ਹੋਊਗੀ। ਉਹ ਜਦੋਂ 1947 'ਚ ਦੇਸ਼ ਦੀ ਵੰਡ ਹੋਈ, ਮੁਸਲਮਾਨ ਕੌਮ ਨੂੰ ਆਪਣਾ ਘਰ ਪਾਕਿਸਤਾਨ ਮਿਲ ਗਿਆ, ਉਹ ਹਿੰਦੂ ਕੌਮ ਨੂੰ ਆਪਣਾ ਘਰ ਹਿੰਦੁਸਤਾਨ ਮਿਲ ਗਿਆ, ਉਹ ਸਿੱਖ ਕੌਮ ਨੂੰ ਆਪਣਾ ਘਰ ਨਹੀਂ ਮਿਲ ਗਿਆ, ਅਸੀਂ ਫਰੇਬਾਂ ਦੇ ਵਿੱਚ ਆ ਗਏ ਤੇ ਫਿਰ ਅਸੀਂ ਇੱਕ ਦਿਨ ਹੋਰ ਗੁਲਾਮ ਹੋ ਗਏ। ਇੱਕ ਨਵੀਂ ਗੁਲਾਮੀ ਕੀ ਮਿਲੀ 1947 ਦੇ ਵਿੱਚ? ਉਹ ਤੁਸੀਂ 1909 ਦੇ ਵਿੱਚ ਆਨੰਦ ਮੈਰਿਜ ਐਕਟ ਦੇ ਵਿੱਚ ਲਾਗੂ ਸੀ ਤੁਹਾਡੇ ਤੇ, ਉਹ ਜਦੋਂ 1947 ਦੇ ਵਿੱਚ ਆਏ ਉਹ ਤੁਹਾਡਾ ਆਨੰਦ ਮੈਰਿਜ ਐਕਟ ਵੀ ਉਸ ਦਿਨ ਚਲਾ ਗਿਆ, ਇਸ ਕਰਕੇ ਉਹ ਤੁਹਾਨੂੰ ਹਿੰਦੂ ਮੈਰਿਜ ਐਕਟ ਦੇ ਵਿੱਚ ਲਿਆਂਦਾ। 1947 ਦੇ ਵਿੱਚ ਦੋਨਾਂ ਕੌਮਾਂ ਨੂੰ ਆਜ਼ਾਦੀ ਮਿਲ ਗਈ, ਤੁਸੀਂ ਆਪਣੇ ਇਸ ਤੌਰ ਤੇ ਵੀ ਗੁਲਾਮ ਹੋ ਗਏ। ਤੇ ਫਿਰ ਇਸ ਗੁਲਾਮੀ ਨੂੰ ਲਾਉਣ ਦੇ ਲਈ ਸੰਤ ਜਰਨੈਲ ਸਿੰਘ ਕੀ ਕਹਿੰਦੇ ਸਨ? ਸੰਤ ਕਹਿੰਦੇ ਸੀ
ਸੀ ਆ ਜਿਹੜੀਆਂ ਦੋ ਨਹਿਰਾਂ ਲੰਘਦੀਆਂ ਆ ਜਾਂਦੀਆਂ ਹਰੀਕੇ ਪੱਤਣ ਕੋਲ ਦੀ ਫੱਤਣ ਦਾ ਪੱਤਣ ਕੋਲ ਦੀ ਅੱਗੇ ਜਾਂਦੀਆਂ ਨਹਿਰਾਂ ਉੱਥੇ ਅਪਰ ਰੋਪੜ ਦੇ ਕੋਲ ਦੀ ਉਹ ਨਹਿਰਾਂ ਵੀ ਸਾਡੀਆਂ ਉਹ ਪਾਣੀ ਵੀ ਸਾਡਾ ਹੈ ਉਹ ਜਗ੍ਹਾ ਵੀ ਸਾਡੀ ਹੈ ਅਸੀਂ ਅੱਜ ਤੱਕ ਇੱਕ ਬੂੰਦ ਨਹੀਂ ਪਾਣੀ ਦੀ ਲੈ ਸਕਦੇ ਸੰਤ ਕਹਿੰਦੇ ਸਨ ਕਿ ਸਾਡੀ ਜਿਹੜੀ ਦਰਬਾਰ ਸਾਹਿਬ ਤੋਂ ਰੇਡੀਓ ਤੋਂ ਪ੍ਰਸਾਰਣ ਹੋਵੇ ਉਹ ਸੰਤ ਕਹਿੰਦੇ ਸਨ ਸਾਡੀ ਟੀਵੀ ਤੇ ਗੱਲ ਹੋਵੇ ਜਿਵੇਂ ਦੂਜੇ ਧਰਮਾਂ ਦੀ ਗੱਲ ਹੁੰਦੀ ਹੈ ਉਹ ਸੰਤ ਕਹਿੰਦੇ ਸਨ ਸਾਨੂੰ ਪੰਜਾਬੀ ਬੋਲਦੇ ਲੱਗ ਕੇ ਸਾਨੂੰ ਹੋਣੇ ਚਾਹੀਦੇ ਹੈ ਤੇ ਫਿਰ ਇੱਕ ਨਵੀਂ ਗੱਲ ਕੀ ਕਹਿੰਦੇ ਸਨ ਉਹ ਰਾਜ ਦੀ ਵੀ ਗੱਲ ਕਰਦੇ ਸਨ ਉਹ ਪੰਜਾਬ ਦੀ ਧਰਤੀ ਤੇ ਇਸ ਟਾਈਮ 650 ਬਾਬਾ ਜੀ ਹੈ ਕੋਈ ਇੱਕ ਪਿੰਡ ਦਾ ਬਾਬਾ ਹੈ ਉਹ ਕੋਈ ਦੋ ਪਿੰਡਾਂ ਦੇ ਬਾਬੇ ਨੇ ਉਹ ਕੋਈ ਦਸਾਂ ਪਿੰਡਾਂ ਦੇ ਬਾਬੇ ਨੇ ਉਹ ਫਿਰ ਇੱਕ ਗੱਲ ਸੁਣੋ ਇੰਨੇ ਬਾਬੇ ਨੇ ਇਹਨਾਂ ਬਾਬਿਆਂ ਨੂੰ ਸੋਚਣ ਦੀ ਲੋੜ ਆ ਵਿਚਾਰੇ ਆਪਾਂ ਉਹ ਲਗਾਤਾਰ ਇਹ ਸਾਰੇ ਜਦੋਂ ਸਾਰੇ ਇਕੱਠੇ ਹੋ ਗਏ ਇਹ ਜਦੋਂ ਜਦੋਂ ਗੱਲ ਕਰਦੇ ਸੀ ਇਹ ਤਾਂ ਕੀਰਤਨ ਜਿੰਨਾ ਮਰਜ਼ੀ ਕਰ ਲਓ ਕੁਛ ਨਹੀਂ ਹੋਣਾ ਉਹ ਪਵਾਂ ਅੰਮ੍ਰਿਤ ਜਿੰਨਾ ਮਰਜ਼ੀ ਛਕਾ ਲਓ ਉਹ ਤੁਹਾਨੂੰ ਕੁਛ ਨਹੀਂ ਹੋਣਾ ਉਹ ਜਿੰਨਾ ਚਿਰ ਮਰਜ਼ੀ ਵਾਹਿਗੁਰੂ ਕਰਵਾ ਲਓ ਕੁਛ ਨਹੀਂ ਹੋਣਾ ਉਹ ਜਿੰਨਾ ਚਿਰ ਛੇਵੇਂ ਪਾਤਸ਼ਾਹ ਦਾ ਸਿਧਾਂਤ ਜਿਹੜਾ ਧਰਮ ਤੇ ਸਿਆਸਤ ਇਕੱਠਾ ਜਦੋਂ ਧਰਮ ਦੇ ਨਾਲ ਸਿਆਸਤ ਕਰੋਗੇ ਭਾਈ ਮਰੀਕ ਸਿੰਘ ਨੂੰ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੇ ਲੜਾਈ ਕਿਉਂ ਚੋਣ ਲੜਾਈ ਸੀ ਕਿ ਉਹਨਾਂ ਨੇ ਧਰਮ ਤੇ ਸਿਆਸਤੀ ਗੱਲ ਇਕੱਠੀ ਕੀਤੀ ਸੀ ਉਹ ਕਿਸ ਕਰਕੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੇ ਧਰਮ ਦੇ ਨਾਲ ਸਿੱਖਾਂ ਨੂੰ ਨੌਜਵਾਨਾਂ ਨੂੰ ਜੋੜਿਆ ਉੱਥੇ ਅਣਖ ਦੀ ਗੱਲ ਕੀਤੀ ਉੱਥੇ ਰਾਜ ਦੀ ਗੱਲ ਕੀਤੀ ਰਾਜ ਦੀ ਗੱਲ ਉਹਨਾਂ ਨੂੰ ਚੁਬੀ ਇਸ ਕਰਕੇ ਚੁਬੀ ਤੇ ਸਾਡਾ ਦਰਬਾਰ ਸਾਹਿਬ ਢਾ ਦਿੱਤਾ 1984 ਦੇ ਵਿੱਚ ਉਹ ਮੰਗਾਂ ਦਾ ਮੰਨੀਆਂ ਸੀ ਕੌਮ ਦੀਆਂ ਸੀ ਉਹ ਕਿਸਾਨਾਂ ਦੀਆਂ ਮੰਗਾਂ ਸੀ ਉਹ ਹਿੰਦੂਆਂ ਦੀਆਂ ਵੀ ਮੰਗਾਂ ਸੀ ਉਹ ਮੁਸਲਮਾਨਾਂ ਦੀਆਂ ਵੀ ਮੰਗਾਂ ਸੀ ਉਹ ਪੂਰੇ ਪੰਜਾਬ ਦੀਆਂ ਮੰਗਾਂ ਸੀ ਤੇ ਇਹਦੇ ਫਲਸਰੂਪ ਕੀ ਹੋਇਆ ਤੁਹਾਡਾ ਪੁਰਾਣਾ ਤੋਂ ਪਿਆਰਾ ਕਾਲ ਤਖਤ ਢਾ ਦਿੱਤਾ ਅੱਜ ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਹਿੰਦੁਸਤਾਨ ਦੀ ਫੌਜ ਦੇ ਨਾਲ 72 ਘੰਟੇ ਲੜੇ ਨੇ 72 ਘੰਟੇ ਲੜੇ ਨੇ 72 ਘੰਟੇ ਉਹਦੇ ਵਿੱਚ ਦਰਬਾਰ ਸਾਹਿਬ ਢਾਇਆ ਕੀ ਨਹੀਂ ਹੈ ਸਾਡਾ ਦਰਬਾਰ ਸਾਹਿਬ ਢਾਇਆ ਕੀ ਨਹੀਂ ਹੈ ਇਹ ਪੁੱਛੋ ਆਪਾਂ ਕਹਿੰਦੇ ਨੈਵਰ ਫੋਰਗੇਟ 84 ਕਹਿੰਦਾ 84 ਨੂੰ ਨਾ ਭੁੱਲੋ ਤੇ ਫਿਰ ਉਹਨਾਂ ਨੂੰ ਵੀ ਨਾ ਭੁੱਲੋ ਜਿਹਨਾਂ ਨੇ ਢਾਇਆ ਇਹ ਕਿੰਨਾ ਨੇ ਢਾਇਆ ਇਹ ਅੱਜ ਪਰਕ ਸਿੱਧੀ ਗੱਲ ਹੋਣੀ ਚਾਹੀਦੀ ਹੈ ਗੱਲ ਸਿੱਧੀ ਹੋਣੀ ਚਾਹੀਦੀ ਹੈ ਅੱਜ ਆਪਾਂ ਸਾਰੇ ਸਿੱਖ ਬੈਠੇ ਹਾਂ ਨਾ ਮੇਰਾ ਇਕੱਲੇ ਦਾ ਮਾਮਲਾ ਇਹ ਸਾਰੀ ਕੌਮ ਦਾ ਮਾਮਲਾ ਹੈ ਅੱਜ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦੇ ਵਿੱਚ ਆਪਾਂ ਇੱਕ ਪਰਨ ਕਰਕੇ ਜਾਈਏ ਇਹ ਕਾਂਗਰਸ ਪਾਰਟੀ ਨੇ ਸਾਡਾ ਦਰਬਾਰ ਸਾਹਿਬ ਢਾਇਆ ਉਹਦੇ ਨਾਲ ਯਾਸ਼ਰ ਅਰਾਫਾਤ ਜਿਹੜਾ PLO ਦਾ ਮੁਖੀ ਹੈ ਉਹਦੇ ਨਾਲ ਸੋਵੀਅਤ ਯੂਨੀਅਨ ਕਾਮਰੇਡ ਜਿਹੜਾ ਰੂਸ ਆ ਉਹਦੇ ਨਾਲ ਹੈ ਉਹਦੇ ਨਾਲ ਰਵਾਇਤੀ ਅਕਾਲੀ ਹੈ ਉਹਨਾਂ ਨੇ ਸਾਡਾ ਦਰਬਾਰ ਸਾਹਿਬ ਰਲ ਕੇ ਢਾਇਆ ਹੈ ਤੇ ਫਿਰ ਜੇ ਨੈਵਰ ਫਾਰਗੇਟ 84 ਹੈ ਫਿਰ ਨੈਵਰ ਫੋਰਗੇਟ ਕਾਂਗਰਸ ਫਿਰ ਨੈਵਰ ਫੋਰਗੇਟ ਜਿਹੜੇ ਰਵਾਇਤੀ ਤੇ ਨੈਵਰ ਫੋਰਗੇਟ ਜਿਨ੍ਹਾਂ ਨੇ ਸਾਡਾ ਸਾਰਾ ਕੁਛ ਢਾਇਆ ਇਹ ਗੱਲ ਸੱਚ ਦੀ ਹੋਣੀ ਚਾਹੀਦੀ ਆ ਇੱਕ ਵੀ ਗੱਲ ਗਲਤ ਹੋਵੇ ਸੰਗਤ ਦੇ ਵਿੱਚ ਖੜ ਕੇ ਜੋ ਮਰਜ਼ੀ ਸਜ਼ਾ ਲਾ ਦਿਆ ਜੇ ਉਹ ਜਿੰਨਾ ਚਿਰ ਆਪਾਂ ਨਖੇੜਾ ਹੀ ਨਹੀਂ ਕਰਦੇ ਜੇ ਗਦੇ ਘੋੜੇ ਦਾ ਮੁੱਲ ਹੀ ਨਹੀਂ ਤੇ ਫਿਰ ਇਹ ਲੜਾਈ ਕਾਹਦੀ ਆ ਇਹ ਇਹਨਾਂ ਸੋਚਦੇ ਨਹੀਂ ਅੱਜ ਆਪਾਂ ਜਿੰਨਾ ਚਿਰ ਸੋਚਦੇ ਨਹੀਂ ਅੱਜ ਸਿੱਖ ਕੌਮ ਗੁਲਾਮ ਹੈ ਜੇ ਗੁਲਾਮ ਹੋ ਤਾਈਆਂ ਤੁਹਾਡਾ ਦਰਬਾਰ ਸਾਹਿਬ ਢਾ ਦਿੱਤਾ ਹੈ ਉਹ ਜੇ ਤੁਸੀਂ ਗੁਲਾਮ ਹੋ ਉਹ ਸਾਡੇ ਤਾਈਆਂ ਧੀਆਂ ਭੈਣਾਂ ਦੀਆਂ ਗਲਾਂ ਦੇ ਵਿੱਚ ਟਾਇਰ ਪਾ ਕੇ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਉਹ ਤੁਹਾਡਾ ਨੰਗਾ ਨਾਚ ਹੋਇਆ ਹੈ ਉਹ ਜੇ ਤੁਸੀਂ ਗੁਲਾਮ ਹੋ ਤਾਈਆਂ ਦੇ ਸੁੱਕੇ ਦੇ ਡੰਡੇ ਨੂੰ ਫਾਂਸੀ ਦੇ ਹੁਕਮ ਹੋਏ ਨੇ ਉਹ ਜੇਕਰ ਤੁਸੀਂ ਗੁਲਾਮ ਹੋ ਅੱਜ ਤਾਈਆਂ ਬਾਪੂ ਸੂਰਤ ਸਿੰਘ 192 ਦਿਨ ਤੋਂ ਭੁੱਖ ਹੜਤਾਲ ਤੋਂ ਬੈਠਾ ਕੋਈ ਸਾਰ ਨਹੀਂ ਲੈ ਰਿਹਾ ਉਹ ਤੁਸੀਂ ਗੁਲਾਮ ਹੋ ਉਹ ਫਿਰ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਕੀ ਕਹਿੰਦੇ ਸੀ ਅਸੀਂ ਫੋਟੋ ਨੂੰ ਤਾਂ ਪਿਆਰ ਕਰਦੇ ਹਾਂ ਕਿ ਬੜੀ ਸੋਹਣੀ ਫੋਟੋ ਹੈ ਤੇ ਫਿਰ ਉਹਨਾਂ ਨੇ ਕੀ ਕਿਹਾ ਸੀ ਉਹ ਕਹਿੰਦਾ ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਹੋਵੇਗਾ ਉਸ ਦਿਨ ਸਿੱਖ ਕੌਮ ਦੀ ਆਜ਼ਾਦੀ ਦੀ ਖਾਲਿਸਤਾਨ ਦੀ ਗੱਲ ਰੱਖ ਦਿੱਤੀ ਜਾਵੇਗੀ ਇਹ ਨਾ ਮੇਰੀ ਗੱਲ ਹੈ ਇਹ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਗੱਲ ਹੈ ਅੱਜ ਸੋਚੋ ਤੇ ਵਿਚਾਰੋ ਜਿੰਨਾ ਚਿਰ ਆਪਾਂ ਸੋਚਦੇ ਨਹੀਂ ਵਿਚਾਰਦੇ ਨਹੀਂ ਇਹ ਕੌਮ ਦੇ ਕੋਲੋਂ ਗੁਲਾਮੀ ਲਾਉਣ ਦੇ ਲਈ ਸਾਨਾਂ ਨੂੰ ਇਕਮੁੱਠ ਹੋ ਕੇ ਕੌਮ ਦੀ ਲੜਾਈ ਲੜਨੀ ਚਾਹੀਦੀ ਹੈ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਅੱਜ ਹਰੇਕ ਮਿੰਟ ਬਈ ਜਾ ਕੇ ਆਏ ਹੈ ਉੱਥੋਂ ਦੇ ਨੌਜਵਾਨਾਂ ਦੇ ਦਿਲਾਂ 'ਚ ਵਸੇ ਪਏ ਨੇ ਉਹਨਾਂ ਦੇ ਅੰਗ ਅੰਗ ਸੰਤ ਜਰਨੈਲ ਸਿੰਘ ਵਸਿਆ ਪਿਆ ਤੇ ਫਿਰ ਅੱਜ ਆਪਾਂ ਗੁਰੂ ਦੇ ਅੱਗੇ ਕੋਈ ਮਾੜਾ ਮੋਟਾ ਨੰਗੇ ਸਿਰ ਲੰਘ ਜਾਵੇ ਤੇ ਆਪਾਂ ਕਹਿੰਦੇ ਅਪਮਾਨ ਹੋ ਗਿਆ ਉਹ 1984 'ਚ ਇਹ ਪੂਰੀ ਮਨੁੱਖਤਾ ਦਾ ਗੁਰੂ ਹੈ ਉਹ ਜਿਹੜਾ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ 2500 ਗੁਰੂ ਗ੍ਰੰਥ ਸਾਹਿਬ ਦੀ ਪੀੜ੍ਹੀ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਉਹ 37 ਗੁਰਦੁਆਰੇ ਢਾ ਦਿੱਤੇ ਗਏ ਨੇ ਤੇ ਅੱਜ ਕੀ ਹੋਇਆ ਆਹ ਤੁਸੀਂ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਹਰੇਕ ਵੋਟ ਤੇ ਸਾਡੇ ਨੌਜਵਾਨਾਂ ਦੀ ਦੁਰਮਤੀ ਹੋਈ ਹੈ ਤੇ ਫਿਰ ਅੱਜ ਸੋਚੋ ਅੱਜ ਇੱਕ ਮੁਕਾਬਲੇ ਦੀ ਗੱਲ ਚੱਲੀ ਹੈ ਕੱਲ੍ਹ
अज सोचो ते ओ सारे कहंदे हिंद पंजाब जित गया ओ जितन दी सिखो सोचो थोड़े भी एवं मुकाबले होंगे रहे असं नहीं कहते कि यहोजी गल् होनी चाहिए फिर अज सोचो तो विचारो और जो दरबार साहब ढाया गया सी अज हिंदुस्तान की तीन बंदे आए है हिंदुस्तान का गृह मंत्री भी बोलिया वह हिंदुस्तान का प्राइम मिनिस्टर भी बोलिया वह पंजाब का सीएम भी बोलिया वह हिंदुस्तान का एक एक चीज बोली है हिंदुस्तान दालत बोलिया और जो सा दरबार साहब ढा दिता ना सुप्रीम कोर्ट बोली है ना हाई कोर्ट बोलिया जो सा 84 के गलों के टायर पा दिते गए ना सुप्रीम कोर्ट बोली है ना कोई हैलीकॉप्टर आया ना फौज बैरक जो बाहर आई है और जो बाबरी मस्जिद रल के ढा दी इन्होंने बीजेपी कांग्रेस ने नरसिमो के राज ना फौज बाहर आई है ना कोई होम मिनिस्टर बोलिया जो साइया जिंदा जला के उड़ीसा के साथ दिता उदो ना फौज बाहर आई है ना कुछ करके आई है अज इस हिंदुस्तान पूरी घट गिनतियां उत्ते जबर सिख कौम से होया सिर इस करके आ जोड़े साढ़े नौजवान है ये जोड़े जेलों गए इस करके गए है अखीर दे मैं यही कहना चाहना अज सिख कौम गुलामी वालों निकलना चाहिए अपना पीसफुली ढंग के ना रह के अपने घर के रह के अंख के नाल कौम सिख कौम की आजादी की गल खालिस्तान की गल करके कौम अगली मंजिल वाल वधना चाहिए तो फिर अज तो बाद हरेक जबान से 2017 आ जाना चाहिए 2017 च असी फैसला की करना है 2017 तो SGPC चोणों के फैसला करना है कि इन्हों सिंह ने जी लड़ाई सी ना ये लड़ाई तो धर्म के सियासत के बराबर इन्हों की राज की लड़ाई सी ये खालिस्तान के साडे शहीद है इस करके इन्हों प्रणाम करता होया सरदार सिमरनजीत सिंह मान उन्होंने आना सीगा उन्होंने बहुत ज्यादा प्रॉब्लम दिल दी डॉक्टर ने रोकया होया उन्होंने हाजिरी मैं लगा मनसा भी आए हैं उन्होंने ही बोलना मैनू पप्पू सूर सिंह की बेटी का पैन सरवर का फोन आया सी कि तुम 3 बजे तो 3:30 बजे तो पहला उत्थे जरूर पहुंचो इस करके मैं जा रहा इन्ना ही कहता हुआ खिमा का जा चुका है मेरे को संगत के खिलाफ कोई शब्द वध कट के गया होगत बख्शन योग है कौम के बहुत वजे जरनैल है मेरी माता बैठी है जी जगराज कौर गुरसेव सिंह बैठे है आ धूरकोट वाले आ पोतला साहब बैठे है आ मंड साहब बैठे किड़े किड़े योधे है मैं कि दसा आ मनजिंदर सिंह ईसी आ जरा सा जिंदा शहीद है साड़ी पार्ट का मीत प्रधान है ये जिन्होंने राडू को चक के लिया के बड़ी पीसफुल ढंग से ना कौम के बहुत वो आवाज बुलंद की भाई बलवंत सिंह बैठे है इस करके बड़े योधे है सो इन्ना ही कहता हुआ खिमा जा चुका है फतेह बुलाना वाहेगुरु जी का खालसा वाहेगुरु जी की फतेह।